ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਅਤੇ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੀ ਫਿਰੋਜ਼ਪੁਰ ਦੀ ਜੇਲ੍ਹ ਸੁਰਖੀਆਂ ਦੇ ਵਿੱਚ ਆਈ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਜੇਲ੍ਹ ਦੇ ਅੰਦਰ ਕੈਦੀਆਂ ਦੇ ਦੋ ਗੁੱਟ ਪੀੜੇ ਨੇ ਜਿਸ ਦੇ ਵਿੱਚ ਇੱਕ ਸ਼ਖਸ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤਾਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਜੇਲ੍ਹ ਅੰਦਰੋਂ ਲਗਾਤਾਰ ਨਸ਼ੀਲਾ ਪਦਾਰਥ ਅਤੇ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਹੁਣ ਤਾਂ ਜੇਲ੍ਹ ਅੰਦਰ ਲੜਾਈ ਝਗੜੇ ਹੋਣੇ ਵੀ ਸ਼ੁਰੂ ਹੋ ਚੁੱਕੇ ਨੇ ਜਿਸ ਨੇ ਸੁਰੱਖਿਆ ਤੇ ਵੱਡੇ ਸਵਾਲ ਖੜੇ ਕੀਤੇ ਨੇ। ਤਾਜ਼ਾ ਮਾਮਲਾ ਇੱਕ ਹਵਾਲਾਤੀ ਨਾਲ ਜੁੜਿਆ ਹੋਇਆ ਸਾਹਮਣੇ ਆਇਆ। ਫਿਰੋਜ਼ਪੁਰ ਦੇ ਪਿੰਡ ਰੁਕਨੇਵਾਲਾ ਦਾ ਰਹਿਣ ਵਾਲਾ ਪਰਮਜੀਤ ਸਿੰਘ ਉਰਫ ਪੰਮਾ ਜੋ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਹੈ ਜਿਸ ਦਾ ਜੇਲ੍ਹ ਅੰਦਰ ਝਗੜਾ ਹੋ ਗਿਆ ਤੇ ਉਹ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਪੁਲਿਸ ਸੁਰੱਖਿਆ ਤੇ ਵੱਡੇ ਸਵਾਲ ਚੁੱਕੇ ਗਏ ਨੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਪਰਮਜੀਤ ਕਿਸੇ ਮਾਮਲੇ ਦੇ ਵਿੱਚ ਕੇਂਦਰੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਜਿਸ ਨੂੰ ਜੇਲ੍ਹ ਅੰਦਰ ਰੰਜਿਸ਼ ਦੇ ਚੱਲਦਿਆਂ ਸੂਏ ਮਾਰ ਮਾਰ ਕੇ ਜ਼ਖਮੀ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਜਿਹੜੇ ਵਿਅਕਤੀਆਂ ਨਾਲ ਉਹਨਾਂ ਦੀ ਰੰਜਿਸ਼ ਚੱਲ ਰਹੀ ਹੈ ਉਹ ਵੀ ਜੇਲ੍ਹ ਦੇ ਅੰਦਰ ਬੰਦ ਨੇ ਅਤੇ ਉਹਨਾਂ ਨੇ ਹੀ ਪਰਮਜੀਤ 'ਤੇ ਹਮਲਾ ਕੀਤਾ। ਪਰਿਵਾਰ ਵੱਲੋਂ ਹਮਲਾਵਰਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਜਦੋਂ ਮੀਡੀਆ ਨੇ ਹਵਾਲਾਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਆਪਣੀ ਨਾਕਾਮੀ ਛੁਪਾਉਣ ਦੇ ਲਈ ਮੀਡੀਆ ਨੂੰ ਹਵਾਲਾਤੀ ਤੋਂ ਦੂਰ ਹੀ ਰੱਖਿਆ ਤਾਂ ਕਿ ਹਵਾਲਾਤੀ ਕਿਤੇ ਮੀਡੀਆ ਦੇ ਅੱਗੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਹੀ ਨਾ ਖੋਲ ਦੇਵੇ। ਇਹ ਭਾਅ ਜੀ ਐਂਟੀ ਪਾਰਟੀ ਦੇ ਬੰਦੇ ਅੰਦਰ ਆ, ਉਹਨਾਂ ਨਾਲ ਲੜਾਈ ਹੋਈ ਹੈ, ਸੁੱਤੇ ਪਏ ਸੀ, ਉਹਨਾਂ ਨੇ ਕਿਰਚਾਂ ਕੁਰਚਾਂ ਮਾਰ ਕੇ ਉਹਨਾਂ ਨੂੰ ਕੀਤਾ। ਹਾਂਜੀ, ਤੁਹਾਡੇ ਕੀ ਲੱਗਦੇ ਜੀ? ਮੇਰੇ ਹਸਬੈਂਡ ਤੇ ਕੋਈ ਪੁਰਾਣਾ? ਹਾਂਜੀ ਹਾਂਜੀ, ਪੁਰਾਣਾ ਹੀ ਟਾਂਕੇ ਟੂੰਕੇ ਲੱਗੇ ਆ, ਚੰਗੇ ਆ, ਬਿਮਾਰ ਤਾਂ ਪਹਿਲਾਂ ਵੀ ਰਹਿੰਦੇ, ਹਾਰਟ ਦੀ ਪ੍ਰੋਬਲਮ ਉਹਨਾਂ ਨੂੰ, ਠੀਕ ਨੀ ਰਹਿੰਦੇ। ਇਹਨਾਂ ਨੂੰ ਹੋ ਗਏ 15 ਕੁ ਦਿਨ ਹੋਏ। ਮੇਰਾ ਸਨਮਦੀਪ ਸਿੰਘ ਹੈ, ਪਿੰਡ ਰੁਕਣੇ ਵਾਲਾ ਜੀ। ਫਾਦਰ ਸਾਹਿਬ ਆ ਜੀ, ਇਹ ਆਪਣੀ ਪੁਰਾਣੀ ਦੁਸ਼ਮਣੀ ਤੇ ਉਹਨਾਂ ਇਸੇ ਚੱਲਦਿਆਂ ਨਾਲ ਪੈਸੇ ਦੇ ਕੇ ਗੱਲ ਪਵਾਏ, ਬੰਦੇ ਆਪ ਵੀ ਅੰਦਰ ਜੇਲ੍ਹ 'ਚ ਤੇ ਉਹਨਾਂ ਪੈਸੇ ਦੇ ਕੇ ਗੱਲ ਪਵਾਏ, ਸੂਏ ਮਰਾਏ, ਕੈਂਚੀਆਂ ਮਰਾਈਆਂ, ਇਹ ਜਾਨ ਨੂੰ ਖਤਰਾ ਹੀ ਹੈ ਜੀ ਉਹਨਾਂ ਨੂੰ, ਐਵੇਂ ਨਜਾਇਜ਼ ਪਰਚੇ ਕਦੀ ਕਿਤੇ ਕਰਾਉਂਦਾ ਕਦੀ ਕਿਤੇ। ਸੱਟ ਦਿਲ ਤੇ ਜ਼ਿਆਦਾ, ਸੂਏ ਜ਼ਿਆਦਾ ਵੱਜਿਆ, ਡੂੰਘਾ ਵੱਜਿਆ, ਟਾਂਕੇ ਲੱਗੇ ਹੱਥ ਤੇ ਵੀ ਇੱਕ। ਹਾਂਜੀ, ਕੈਂਚੀਆਂ ਸੂਏ, ਅਸੀਂ ਇਨਸਾਫ ਹੀ ਮੰਗਦੇ ਹਾਂ। ਹਾਂਜੀ, ਪੁਰਾਣੀ ਦੁਸ਼ਮਣੀ ਆਪਣੀ। ਸਾਡੇ ਕੋਲ ਪੇਸ਼ੈਂਟ ਆਇਆ ਸੀ ਜੇਲ੍ਹ ਦੇ ਵਿੱਚੋਂ ਲੜਾਈ ਦੀ ਹਿਸਟਰੀ ਨਾਲ, ਅਸੀਂ ਜਦੋਂ ਪੇਸ਼ੈਂਟ ਆਇਆ ਉਹਦਾ ਸਾਰਾ ਟ੍ਰੀਟਮੈਂਟ ਸਟਾਰਟ ਕਰ ਚੁੱਕੇ ਹਾਂ, ਹਜੇ ਪੇਸ਼ੈਂਟ ਸਟੇਬਲ ਹੈ, ਬਾਕੀ ਇੰਜਰੀਸ ਵਗੈਰਾ ਨੋਟ ਕਰ ਚੁੱਕੇ। ਹਾਂਜੀ, ਸਾਡੇ ਵੱਲੋਂ ਇੱਕ MLC ਕੱਟ ਦਿੱਤੀ ਗਈ ਹੈ ਪੇਸ਼ੈਂਟ ਦੀ, ਉਹਦੀ ਫਰਦਰ ਕਾਰਵਾਈ ਪੁਲਿਸ ਅੱਗੇ ਕਰੇਗੀ। ਪੇਸ਼ੈਂਟ ਬਿਲਕੁਲ ਸਟੇਬਲ ਹੈ। ਹਾਂਜੀ।